ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਿੰਦਰ ਪਰਮਾਰ, ਬਾਜਵਾ ਇਮੀਗ੍ਰੇਸ਼ਨ ਸਾਊਥ ਆਸਟ੍ਰੇਲੀਆ ਤੋਂ। ਪੁਰਾਣੀ ਵੀਡੀਓ ਤੁਹਾਨੂੰ ਦੱਸਿਆ ਸੀਗਾ ਕਿ ਸਾਊਥ ਆਸਟ੍ਰੇਲੀਆ ਬਹੁਤ ਜਲਦੀ ਓਪਨ ਹੋ ਰਹੀ ਹੈ ਸਟੇਟ, ਅਤੇ ਅੱਜ ਸਟੇਟ ਫਾਈਨਲੀ ਓਪਨ ਹੋ ਗਈ ਹੈ। ਅਤੇ ਮੋਸਟਲੀ ਔਨਸ਼ੋਰ ਐਪਲੀਕੈਂਟ ਲਈ ਤਿੰਨ ਇਹਨਾਂ ਦੀਆਂ ਕੈਟੇਗਰੀਜ਼ ਨੇ, ਇੱਕ ਐਸਏ ਗ੍ਰੈਜੂਏਟ, ਦੂਸਰੀ ਵਰਕਿੰਗ ਇਨ ਸਾਊਥ ਆਸਟ੍ਰੇਲੀਆ, ਤੀਸਰੀ ਹੈਗੀ ਹੈ ਵਰਕਿੰਗ ਇਨ ਆਊਟਰ ਸਾਊਥ ਆਸਟ੍ਰੇਲੀਆ, ਲਾਈਕ ਕੈਂਡੀਡੇਟ ਤੋਂ ਜਿਹੜੇ ਬਾਹਰ ਕੰਮ ਕਰਦੇ ਨੇ। ਰਿਕੁਆਇਰਮੈਂਟਸ ਵਰਕ ਦੀ, ਪਹਿਲੀ ਕੈਟੇਗਰੀ ਲਈ ਤੁਸੀਂ 6 ਮੰਥ ਦੀ ਰੈਜੀਡੈਂਸੀ ਅਤੇ 6 ਮੰਥ ਦਾ ਵਰਕ ਹੋਣਾ ਚਾਹੀਦਾ। ਜਿਹੜੀ ਦੂਸਰੀ ਵਰਕਿੰਗ ਆ ਉਹਦੇ ਵਿੱਚ 12 ਮੰਥਸ ਦੀ ਰੈਜੀਡੈਂਸੀ ਅਤੇ 12 ਮੰਥਸ ਦਾ ਵਰਕ ਐਕਸਪੀਰੀਅੰਸ। ਤੀਸਰੀ ਜਿਹੜੀ ਆਊਟਰ ਦੀ ਆ ਉਹਦੇ ਵਿੱਚ 9 ਮੰਥਸ ਦੀ ਰੈਜੀਡੈਂਸੀ ਅਤੇ 9 ਮੰਥ ਦਾ ਤੁਹਾਡਾ ਵਰਕ ਐਕਸਪੀਰੀਅੰਸ ਚਾਹੀਦਾ। ਤਿੰਨਾਂ ਦੇ ਵਿੱਚ ਜਿਹੜਾ ਵਰਕ ਐਕਸਪੀਰੀਅੰਸ ਆ ਤੁਹਾਡਾ ਕਲੋਜ਼ਲੀ ਰਿਲੇਟਡ ਓਕੂਪੇਸ਼ਨ ਔਰ ਨੋਮੀਨੇਟਡ ਓਕੂਪੇਸ਼ਨ ਦੇ ਵਿੱਚ ਹੋਣਾ ਚਾਹੀਦਾ, ਮਤਲਬ ਕਿ ਸੇਮ ਜਾਂ ਰਲਦੀ ਮਿਲਦੀ ਓਕੂਪੇਸ਼ਨ ਦੇ ਵਿੱਚ ਹੋਣਾ ਚਾਹੀਦਾ। ਅਤੇ ਨੋਰਮਲੀ ਆਵਰਸ 30 ਆਵਰਸ ਪਰ ਵੀਕ ਨੇ ਸਾਰਿਆਂ ਦੇ ਲਈ। ਅਤੇ ਦੂਸਰੀ ਗੱਲ ਇਹ ਆ ਕਿ ਜਿਹੜੇ ਵੀ ਆਪਣੇ ਭੈਣ ਭਰਾ ਜਿਨ੍ਹਾਂ ਦੇ ਕੋਲ ਵਰਕ ਰਾਈਟ ਸਟੂਡੈਂਟ ਵੀਜ਼ੇ ਵਾਲੇ ਨੇ, 24 ਆਵਰਸ ਪਰ ਵੀਕ ਵਾਲੇ, ਮੋਸਟਲੀ ਉਹਦੇ ਵਿੱਚ ਇਨਰੋਲ ਨਰਸਿਸ ਨੇ, ਉਹਨਾਂ ਨੂੰ ਮੈਂ ਇਹੀ ਸਲਾਹ ਦਊਂਗਾ ਕਿ ਤੁਸੀਂ ਵਿਕਟੋਰੀਆ ਜਾਂ ਤਸਮਾਨੀਆ ਦੀ ਟਰਾਈ ਕਰੋ। ਅਤੇ ਇਸ ਸਾਲ ਲੱਗ ਨਹੀਂ ਰਿਹਾ ਹੈ ਕਿ ਇਹ ਹੁਣ ਆਵਰਸ ਰਿਡਿਊਸ ਕਰਨਗੇ, ਅਤੇ ਵਧੇਰੇ ਜਾਣਕਾਰੀ ਲਈ ਤੁਸੀਂ ਮੈਨੂੰ ਸਾਊਥ ਆਸਟ੍ਰੇਲੀਆ ਆਫਿਸ ਮਿਲ ਸਕਦੇ ਹੋ। ਧੰਨਵਾਦ।